ਤੁਸੀਂ ਵੇਖ ਰਹੇ ਹੋ ਪੰਜਾਬੀ ਸਾਹਿਤ ਟੀਵੀ ਚੈਨਲ, ਮੈਂ ਹਾਂ ਜਗਜੀਤ ਵਰਗ ਸਿੰਘ ਸੰਗੂ। ਸਾਥੀਓ, ਕੱਲ੍ਹ ਕਪੂਰਥਲਾ ਜ਼ਿਲ੍ਹਾ ਦੇ ਪਿੰਡ ਹਰਦਾਸਪੁਰ ਵਿਖੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਬੜੇ ਧੂਮਧਾਮ ਦੇ ਨਾਲ ਮਨਾਇਆ ਗਿਆ, ਜਿਸ ਵਿੱਚ ਅਨੇਕਾਂ ਬੁੱਧੀਜੀਵੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਨਾਟਕ ਮੰਗਲੀਆਂ ਵੱਲੋਂ ਨਾਟਕ ਪੇਸ਼ ਕੀਤੇ ਗਏ ਅਤੇ ਨਾਟਕ ਲੋਕ ਪੱਖੀ ਸਨ ਅਤੇ ਲੋਕਾਂ ਨੂੰ ਬੜਾ ਨਾਟਕਾਂ ਨੇ ਬੜਾ ਪ੍ਰਭਾਵਿਤ ਕੀਤਾ। ਆਓ ਤੁਹਾਨੂੰ ਦਿਖਾਉਂਦੇ ਹਾਂ ਹਰਦਾਸਪੁਰ ਜ਼ਿਲ੍ਹੇ ਕਪੂਰਥਲਾ ਪਿੰਡ ਦੀ ਏਅਰਪੋਰਟ। कि चाहे मैं आ, चाहे मास्टर सुखदेव जी आ, चाहे पटवारी साहब ने, तहसीलदार साहब ने, ये समा कढ़ के आते हैं। इन्हों के को अपने परिवार भी ने, इन्हों के अपने बच्चे ने, यह बह के उन्होंने टाइम स्पेंड कर सकते, मैं भी कर सकता। पर जे असी इत्थे आए हाँ, असी सिर्फ इस करके आए हाँ भी बाबा साहब ने सानू पढ़े लिखे होने के बाद एक ड्यूटी लगाई सी भी तुसी अपने समाज के विच विचरना आ। मैं जे अपनी क्वालिफिकेशन की गल करा तो मैं बी ए एल एल बी एल एल एम पी एच डी लॉ दे विच, उदू बाद मैं इग्नू तो बाबा साहब के जीवन के 6 महीने का सर्टिफिकेट कोर्स किया, उस तो बाद एम ए पोलिटिकल साइंस की, इस साल मैं फाइनल ईयर एम ए सोशियोलॉजी कर रहा है। हूँ यह सारी कि बदौलत आ, इस महापुरुष की बदौलत आ, किसी होर की नहीं। पर असी क्रेडिट कि दें जो पढ़ जाने किसी नौकरी से लग जाने उपर वाले वालू हाथ चल जाते हैं, क्योंकि बाबा साहब की कई बार फोटो देखते हो, बाबा साहब की उंगली ऐ की आ, जबकि बाबा साहब की उंगली ऐ सी। तो सानू समझने पैने, चाहे वो बाबा साहब दियां राइटिंग्स ने, चाहे तस्वीरां ने, वो बोल दियां ने, क्यों बुत तोड़े जाते हैं, क्योंकि बाबा साहब की उंगली, बाबा साहब के जो फेस एक्सप्रेशन, बाबा साहब के हाथ से जी किताब होंगी आ, वो एक सिंबल आ। पर जो सिंबल को छड़ के असी नायक पूजा की गल करते, क्योंकि मेरे तो पहला बुलाने ने कहा कि असी नायक बाबा साहब खुद कहते हैं राजनीति के सब तो खतरनाक आ नायक पूजा। तो असी की करते हैं, वह माई बाग बनाता, जिन्हें एक बार वोट लैके साडा नीला कार्ड बनाता, साडा मनरेगा च ना लवाता, तो वह साडे लिए सारा कुछ हो गया। बाबा साहब कहते, दूजी गल मैं बार बार कहना ना भी चाहे वह कार्ड आ, चाहे वह सहूलत आ, कि वह अपने घरों दे रहा नहीं दे रहा ना, तुहाडा साडा जिहड़ी असी जॉब करते हैं, हर बंदा तुसी चाहे कोई सरकारी नौकरी नहीं, पर तुसी हर रोज़ टैक्स देने हो, सेल टैक्स बैट लगता हर चीज़ पर, पेट्रोल पाने पर टैक्स देने, वही टैक्स इकट्ठा करके जो फैसिलिटियां दी जा रही, फिर सरकार अपनी ऐड क्यों कर दी है। हुण बाबा साहब, मैं बार बार कह रहा कि बाबा साहब नूं पढ़ो तो सही, जब तुम पढ़ोगे तो पता लगेगा कि उन्होंने विचारधारा की है।
क्योंकि असी इन्ने साल सिर्फ जय जयकार की जय जयकार तो अलावा कुछ नहीं किया। ਦੀਪਕ ਆਪਣੀ ਲਾਡੋ ਵਾਸਤੇ ਕੋਈ ਰਿਸ਼ਤਾ ਵੇਖ ਲੈ ਵਧੀਆ ਜਿਹਾ। ਭਾਅ ਜੀ ਇੱਕ ਰਿਸ਼ਤਾ ਹੈਗਾ ਬਹੁਤ ਵਧੀਆ ਆ, ਮੁੰਡਾ ਪੜ੍ਹਿਆ ਲਿਖਿਆ ਆ, ਆਪਣੀ ਕੁੜੀ ਨੂੰ ਖੁਸ਼ ਰੱਖੂਗਾ। ਗੱਲ ਕੋਈ ਇੱਥੇ ਮੈਂ ਕਹਿ ਨਹੀਂ ਦੀ, ਉਹ ਤੁਹਾਨੂੰ ਪਤਾ, ਮੈਨੂੰ ਪਤਾ ਗੁਰਦਾਸਪੁਰ ਦੇ ਹਰ ਵਿਅਕਤੀ ਦੇ ਕੋਲ 5 ਕਿੱਲੇ ਜ਼ਮੀਨ ਹੋਣਗੇ ਹਰ ਕਦਮ ਦੇ ਕੋਲ। ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਕਿ 75 ਸਾਲਾਂ 'ਚ ਇੰਨੀ ਤਰੱਕੀ ਤਾਂ ਹੋਈ ਗਈ ਹੋਊਗੀ। ਜੇ ਨਹੀਂ ਹੋਈ ਫਿਰ ਤੁਸੀਂ ਸੋਚਣਾ ਕਿ ਕਿਹੜਾ ਅਸੀਂ ਰਾਹ ਕਿਹੜੇ 'ਤੇ ਤੁਰੇ ਹੋਏ ਹਾਂ, ਕਿਹੜੀ ਚੀਜ਼ ਨੂੰ ਜੀ ਆਇਆ ਕਹੀ ਜਾਂਦੇ ਹਾਂ, ਕਿੰਨਾ ਲੋਕਾਂ ਦੇ ਗੱਲ 'ਚ ਹਾਰ ਪਾ ਪਾ ਕੇ ਜਿੱਤੀ ਜਾ ਰਹੇ ਹਾਂ, ਇਹ ਲੋਕਾਂ ਨੂੰ ਸੋਚਣਾ ਪਊਗਾ। ਮੈਨੂੰ ਯਕੀਨ ਆ ਕਿ ਬਿਲਕੁਲ 5-5 ਖੇਤ ਨਹੀਂ ਹੋ ਸਕਦੇ ਗੁਰਦਾਸਪੁਰ ਦੇ ਲੋਕਾਂ ਨੂੰ, ਕਿਉਂਕਿ ਸੰਵਿਧਾਨ ਦੇ ਵਿੱਚ ਇਹ ਪ੍ਰਾਵਧਾਨ ਨਹੀਂ ਸੀ ਹੈਗਾ ਕਿ ਜਾਇਦਾਦ ਬਰਾਬਰ ਦੀ ਵੰਡ ਕਰ ਦਿੱਤੀ ਜਾਊਗੀ, ਇਹ ਪ੍ਰਾਵਧਾਨ ਹੈ ਨਹੀਂ ਹੈਗਾ। ਦੋਸਤੋ ਤੁਹਾਡੇ ਜਲੰਧਰ ਇਲਾਕੇ ਦੀ ਪੰਪੋਸ਼ MBBS ਕਰਾਈ, MBBS ਕਰਾਉਣੀ ਕਿਸੇ ਦਾ ਖਾਲਾ ਜੀ ਦਾ ਵਾੜਾ ਨਹੀਂ, ਇੱਕ ਵੱਡਾ ਦਿਮਾਗ ਕਰਨ ਵਾਸਤੇ ਚਾਹੀਦਾ, ਪੜ੍ਹਾਉਣ ਵਾਸਤੇ ਘਰ ਜਿਹੜਾ ਆ ਉਹਨੂੰ ਬਹੁਤ ਸਾਰਾ ਧੰਨ ਦੌਲਤ ਜਿਹੜਾ ਇਕੱਠਾ ਕਰਕੇ ਲਾਉਣਾ ਪੈਂਦਾ ਆਪਣੇ ਬੱਚੇ ਦੀ ਪੜ੍ਹਾਈ ਦੇ ਉੱਤੇ। ਉਹ ਲੜਕੀ ਖੁਦਕੁਸ਼ੀ ਕਰਦੀ, ਰੋਹਤਕ ਬੰਦਾ ਹੈਦਰਾਬਾਦ ਯੂਨੀਵਰਸਿਟੀ ਵਿੱਚ ਇੱਕ ਦਲਿਤ ਨੌਜਵਾਨ PhD ਕਰ ਰਿਹਾ ਸੀ, ਉਹ ਬੰਦਾ ਖੁਦਕੁਸ਼ੀ ਕਰਕੇ ਮਰ ਗਿਆ। ਇੰਦਰ ਦੇਗਵਾਲ ਰਾਜਸਥਾਨ 'ਚ ਬੱਚੇ ਨੇ ਘੜੇ 'ਚੋਂ ਪਾਣੀ ਪੀਤਾ, ਉਹਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਚਲੋ ਆਪਾਂ ਆਈਏ ਪੰਜਾਬ ਵੱਲ, ਤੁਹਾਡੇ ਥੋੜ੍ਹੀ ਥੋੜ੍ਹੀ ਖਾਰਸ਼ ਦਿਮਾਗ 'ਚ ਹੋਣੀ ਚਾਹੀਦੀ, ਸਰੀਰ 'ਤੇ ਭਾਵਾਂ ਨਾ ਹੋਵੇ ਦਿਮਾਗ 'ਚ ਜ਼ਰੂਰ ਮੇਰੀ ਗੱਲ ਨਾਲ ਖੁਜਲੀ ਹੋਣ ਲੱਗ ਪੈਣੀ ਚਾਹੀਦੀ ਹੈ। ਸੰਗਰੂਰ ਦੇ ਵਿੱਚ ਬੱਕਰੀਆਂ ਚਾਰਨ ਵਾਲਾ ਮੁੰਡਾ, ਇੱਕ ਦਲਿਤ ਜਿਹੜੇ ਤੁਸੀਂ ਬੈਠੇ ਤੁਹਾਡੇ ਵਿੱਚੋਂ ਹੀ ਤੁਹਾਡਾ ਭਰਾ, ਉਹ ਬੱਕਰੀਆਂ ਚਾਰਨ ਗਏ, ਉਹਨਾਂ ਦੀਆਂ ਦੋ ਬੱਕਰੀ, ਇੱਕ ਬੱਕਰੀ ਗੁਆਚ ਗਈ। ਉਹਨਾਂ ਨੇ ਜਾ ਕੇ ਵੱਡੇ ਸਰਦਾਰਾਂ ਦੇ ਪੁੱਛਿਆ ਕਿ ਤੁਹਾਡੇ ਘਰ ਦੇ ਲਾਗੇ ਦੀ ਜ਼ਿੰਦਗੀ ਸਾਡੀ ਬੱਕਰੀ ਗੁਆਚ ਗਈ, ਇੱਥੇ 'ਚ ਨਹੀਂ ਰਹਿ ਗਈ। ਉਹਨਾਂ ਨੂੰ ਗੁੱਸਾ ਆਇਆ ਸਰਦਾਰ ਜੀ ਨਾਲ, ਉਹਨਾਂ ਨੇ ਕੁੱਟ ਕੁੱਟ ਕੇ, ਜਗੀਰਦਾਰ, ਮੈਂ ਕਿਸੇ ਜਾਤ ਦਾ ਨਾਂ ਨਹੀਂ ਲੈ ਲਿਆ, ਜਗੀਰਦਾਰ, ਉਹ ਜਗੀਰਦਾਰਾਂ ਨੂੰ ਗੁੱਸਾ ਆਇਆ, ਕੁੱਟ ਕੁੱਟ ਕੇ ਉਹਨਾਂ ਨੇ ਮਾਰ ਦਿੱਤਾ, ਬੜੀ ਚਾੜ ਦਿੱਤਾ। ਔਰ ਸਾਨੂੰ ਹਰਦਾਸਪੁਰ ਦੇ ਲੋਕਾਂ ਨੂੰ, ਫਗਵਾੜੇ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਥੋੜ੍ਹਾ ਜਿਹਾ ਸਰ ਇਹ ਕੀ ਹੋ ਗਿਆ, ਬਸ ਗੱਲ ਖਤਮ ਹੋ ਗਈ। ਇਹ ਪੰਜਾਬ ਦੀ ਧਰਤੀ 'ਤੇ ਹੈ, ਘੁਮਾਣ ਬਟਾਲਿਆਂ ਨੂੰ ਜਿਹੀ ਰਾਹ ਚਾਹੁੰਦਾ, ਇੱਕ ਦਰਦ ਦੀ ਮੌਤ ਹੋ ਜਾਂਦੀ ਹੈ। ਦੇਖੋ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ, ਸੱਚੀ ਮੁੱਚੀ ਹੈਗੀ ਵੀ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਹੈ, ਇਹ ਯੋਧਿਆਂ ਦੀ ਧਰਤੀ ਹੈ, ਮੰਨਦੇ ਹਾਂ ਅਸੀਂ। ਘੁਮਾਣ ਦੇ ਵਿੱਚ ਇੱਕ ਦਲਿਤ ਵਿਅਕਤੀ ਮਰਦਾ, ਉਹਦਾ ਸੰਸਕਾਰ ਕਰਦਾ, ਲੋਕ ਅੜ ਜਾਂਦੇ ਇਸ ਕਰਕੇ ਕਿ ਨਹੀਂ ਨਹੀਂ ਇੱਥੇ ਅਸੀਂ ਸੰਸਕਾਰ ਨਹੀਂ ਕਰਦਾ, ਇਸ ਥਾਂ 'ਤੇ ਸੰਸਕਾਰ ਨਹੀਂ ਹੋ ਸਕਦਾ। 4-5 ਘੰਟੇ ਲਾਸ਼ ਪਈ ਰਹਿੰਦੀ ਆ, ਪ੍ਰਸ਼ਾਸਨ ਲੱਗਾ ਰਹਿੰਦਾ, ਸੰਸਕਾਰ ਨਹੀਂ ਹੁੰਦਾ। ਇਹ ਆ ਤਰੱਕੀ, ਇਹ ਤਰੱਕੀ ਦੇ ਗੁਣ ਗਾਈ ਜਾ ਰਹੇ ਹੋ ਤੁਸੀਂ, ਅਤੇ ਜੇ ਇਹ ਤਰੱਕੀ ਦੇ ਗੁਣ ਗਾਈ ਜਾ ਰਹੇ ਹੋ ਤਾਂ ਭਲੇ ਬਿਲਕੁਲ ਸੋਚੋ ਇਹ ਸਾਰੀਆਂ ਮਾੜੀਆਂ ਹਾਲਤਾਂ ਦੇ ਜ਼ਿੰਮੇਵਾਰ ਉਹ ਵਿਅਕਤੀ ਆ ਜਿਨ੍ਹਾਂ ਲੋਕਾਂ ਦੇ ਠਾ ਬੋਰਾ ਲਾ ਕੇ ਤੁਸੀਂ ਵੋਟਾਂ ਪਾਉਂਦੇ ਰਹੇ ਆ, ਉਹ ਜ਼ਿੰਮੇਵਾਰ ਆ। ਭਾਰਤ ਦੀ ਸਰਕਾਰ ਜ਼ਿੰਮੇਵਾਰ ਆ, ਪੰਜਾਬ ਦੀ ਸਰਕਾਰ ਜ਼ਿੰਮੇਵਾਰ ਆ।
बिना सरकारां दी छत्र छाया दे जाति विचकरा किवें हो सकदा है, बिना सरकारां दे इत्थे गरीबी किवें पड़ सकती है। ये लोगों को सोचना पड़ेगा कि इस धरती के उत्ते जे गरीबी आ उहदियां जिम्मेवार हकूमतां आ, ये राज करदियां पार्टियां उहदियां जिम्मेवार आ। जेकर तुसीं इह नहीं सोचदे फिर भी देखदे ओह साडा रिश्तेदार आया साडी जात वाला आया जां जमीनां वाला है तां इंसान ही ना। जेकर मैं पढ़ लिख के भी इन गलों मनूगी तो फिर मेरे पढ़न का की फायदा? करो तू अजे वेख्या ही की है, चल तेन कुछ हो देखो। गुरुआ ने लंगर की प्रथा शुरू की सी तां जो बिना जात पात के वखरेवे तो हर कोई एक पंगत विच बैठ के लंगर छकन। जेकर ये लोग हजे भी नहीं समझते तो ये लोग ओना महापुरशा दा निरादर कर रहे ने, तुहाडा तां कोई कसूर नहीं। खारू साडा तां कोई कसूर नहीं, पर हर वार कसूर साडा ही कढ़िया जांदा। चल तू हजे होर वे किसी अपनी जिंदगी आप सुधारनी है।